ਸਤਿ ਸ਼੍ਰੀ ਅਕਾਲ ਜੀ, ਮੈਂ ਨਵਪ੍ਰੀਤ ਕੌਰ, ਮਿਸਿਸ ਪੰਜਾਬ 2019 ਦੀ ਫਾਈਨਲਿਸਟ, ਅਤੇ ਮੈਂ ਥੈਂਕਸ ਕਰਦੀ ਹਾਂ 9to9 ਐਂਟਰਟੇਨਮੈਂਟ ਦਾ, ਜਿਨ੍ਹਾਂ ਨੇ ਅੱਜ ਸਾਨੂੰ ਮੌਕਾ ਦਿੱਤਾ ਤੁਹਾਡੇ ਰੂਬਰੂ ਹੋਣ ਦਾ। ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਸਾਰੀਆਂ ਕੁੜੀਆਂ ਨੂੰ ਜੋ ਘਰ ਬੈਠੀਆਂ ਕਿਤੇ ਨਾ ਕਿਤੇ ਗਵਾਚ ਗਈਆਂ ਨੇ। ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਆਪ ਨੂੰ ਇੱਕ ਉਭਰਨ ਦਾ ਹੋਰ ਮੌਕਾ ਦਿਓ, ਔਰ ਕਿਤੇ ਨਾ ਕਿਤੇ ਜੋ ਤੁਹਾਡੇ ਸੁਪਨੇ ਅਧੂਰੇ ਰਹਿ ਗਏ ਸੀ, ਤੁਸੀਂ ਵੀ ਸਾਡੇ ਦੀ ਤਰ੍ਹਾਂ ਅੱਗੇ ਵੱਧ ਕੇ ਆਓ। ਅਤੇ ਇਹ ਮੇਰਾ ਮੈਸੇਜ ਉਹ ਸਾਰੀਆਂ ਘਰ ਬੈਠੀ ਲੇਡੀਜ਼ ਲਈ ਨੇ ਜੋ ਕਿਤੇ ਨਾ ਕਿਤੇ ਆਪਣੇ ਬੱਚਿਆਂ 'ਚ, ਆਪਣੀ ਗ੍ਰਸਤੀ ਵਿੱਚ ਬਹੁਤ ਹੀ ਜ਼ਿਆਦਾ ਗਵਾਚ ਗਈਆਂ ਨੇ, ਔਰ ਆਪਣੇ ਸੁਪਿਆਂ ਨੂੰ, ਸੁਪਨਿਆਂ ਨੂੰ ਉਹਨਾਂ ਨੇ ਮੁਰਝਾ ਲਿਆ। ਧੰਨਵਾਦ।